ਇਹਦੇ ਤੇ ਇੱਕ ਕਵਿਤਾ ਲਿਖੀ ਹੋਈ ਸੀਗੀ ਜੀ ਮੇਰੀ, ਹੁਣ ਹੈਗੀ ਹੈ ਸ਼ਾਇਦ। ਮੈਂ ਤੁਹਾਡੇ ਯਾਦ ਆ ਤਾਂ ਮੈਂ ਯਾਦ ਤਾਂ ਜੀ ਫੋਨ 'ਚ ਹੁੰਦਾ ਸਾਰਾ ਕੁਛ ਜੀ ਦੇਖ ਲੈਣਾ ਮੈਂ, ਇਹਦੇ ਵਿੱਚ ਸੁਣਾ ਦਿੰਦੇ ਦੋ ਲਾਈਨਾਂ ਜੀ ਉਹਦੀਆਂ। ਹਾਂਜੀ ਇਹ ਹੈਗਾ ਜੀ, ਕਹਿੰਦਾ ਕਿਉਂ ਸੁੱਖ ਸੁਨੇਹੇ ਵਾਲੀਆਂ ਚਿੱਠੀਆਂ ਮੁਹਤਾਜ ਜੀਆਂ ਹੋ ਕੇ ਰਹਿ ਗਈਆਂ, ਕਿਉਂ ਸਿਆਸਤ ਦੀਆਂ ਉਹ ਲੀਕਾਂ ਦਿਲ ਤੇ ਉੱਕਰ ਕੇ ਬਹਿ ਗਈਆਂ, ਕਿਉਂ ਨਫ਼ਰਤ ਦਾ ਬੋਝ ਵਜਨ ਵਿੱਚ ਭਾਰਾ ਹੁੰਦਾ ਜਾਂਦਾ ਹੈ, ਕਿਉਂ ਨਫ਼ਰਤ ਦਾ ਬੋਝ ਵਜਨ ਵਿੱਚ ਭਾਰਾ ਹੋਣਾ ਜਾਰੀ ਹੈ, ਕਿਉਂ ਪਿਆਰ ਦੀਆਂ ਉਹ ਗਠੜੀਆਂ ਖਾਲੀ ਹੋ ਕੇ ਰਹਿ ਗਈਆਂ, ਕੀ ਹੱਦਾਂ ਨੇ ਰੋਕ ਲਿਆ ਉਹਨਾਂ ਸ਼ਾਇਰਾਂ ਦੀ ਕਿਤਾਬ ਇੱਥੇ, ਕੀ ਹੱਦਾਂ ਨੇ ਰੋਕ ਲਈ ਉਹਨਾਂ ਸ਼ਾਇਰਾਂ ਦੀ ਕਿਤਾਬ ਇੱਥੇ, ਆਪਾਂ ਅੱਜ ਵੀ ਪੜ੍ਹਦੇ ਹਾਂ ਹੱਦਾਂ ਨੇ ਉਹ ਤਾਂ ਨੀ ਰੋਕੀ, ਕੀ ਹੱਦਾਂ ਨੇ ਰੋਕ ਲਈ ਉਹਨਾਂ ਸ਼ਾਇਰਾਂ ਦੀ ਕਿਤਾਬ ਇੱਥੇ, ਜਾਂ ਕੀ ਸਾਡੇ ਗੀਤਾਂ ਦੀਆਂ ਉਧਰ ਟੇਪਾਂ ਵਿਕਣ ਤੋਂ ਰਹਿ ਗਈਆਂ, ਬਚਪਨ ਦੇ ਸਾਥੀ ਖਾਨ ਤੇ ਸਿੰਘ ਜੋ ਇੱਕ ਦੂਜੇ ਦਾ ਦਰਦ ਇੱਕ ਦੂਜੇ ਦੇ ਦਰਦ ਤੇ ਰੋਂਦੇ ਸੀ, ਕੀ ਉਹਨਾਂ ਦੀਆਂ ਉਹ ਯਾਰੀ ਨੂੰ ਅੱਜ ਨੇ ਡਾਂਟਾਂ ਪੈ ਗਈਆਂ, ਅੱਜ ਵੀ ਜੱਸੜਦੇ ਉੱਥੇ ਜਾਣ ਲਈ, ਅੱਜ ਵੀ ਜੱਸੜਦੇ ਉੱਥੇ ਜਾਣ ਲਈ ਅਜੇ ਬੜੇ ਜ਼ਰੂਰੀ ਨਾਤੇ ਨੇ, ਅੱਜ ਵੀ ਜੱਸੜਦੇ ਉੱਥੇ ਜਾਣ ਲਈ ਅਜੇ ਬੜੇ ਜ਼ਰੂਰੀ ਨਾਤੇ ਨੇ, ਤੇ ਉਹਨਾਂ ਦੀਆਂ ਵੀ ਕਈ ਅਮਾਨਤਾਂ ਮੇਰੇ ਵੱਲ ਨੇ ਰਹਿ ਗਈਆਂ, ਉਹਨਾਂ ਦੀਆਂ ਵੀ ਕਈ ਅਮਾਨਤਾਂ ਮੇਰੇ ਵੱਲ ਨੇ ਰਹਿ ਗਈਆਂ। ਇਹ ਪਿਆਰ ਵੀ ਆ ਸਾਡੀ ਸਭ ਤੋਂ ਵੱਡੀ ਇੱਕ ਬੇਬਸੀ ਵੀ ਆ ਜਿਹੜੀ ਸਿਆਸਤ ਦੀ ਭੇਟ ਚੜ ਗਈ ਆ। ਸੋ ਸਾਡੇ ਨਾਲ ਗਗਨ ਜੀ ਜੁੜੇ ਨੇ, ਲਿਖਦੇ ਨੇ ਬਾਈ ਫੇਰ ਪੰਜਾਬੀ ਲਿਖਦੇ ਬਾਈ ਸਵਾਦ ਵਾਲਾ ਕੰਮ ਪੂਰਾ ਜਮਾਈ ਐਂਡ ਜਾਂਦਾ ਰਿਹਾ ਵੀਰੇ, ਇਹ ਗਗਨ ਅਰੋੜਾ ਜੀ ਤੁਹਾਡੇ ਮਲੋਹ ਤੋਂ ਨੇ। ਅੱਛਾ ਜੀ ਅੱਛਾ, ਧੰਨਵਾਦ ਵੀਰੇ ਬਹੁਤ ਬਹੁਤ। ਹਾਂਜੀ ਸੋ ਦੋਸਤੋ ਪ੍ਰੋਗਰਾਮ ਦੇ ਵਿੱਚ ਵਕਤ ਹੋ ਚੱਲਿਆ ਇੱਕ ਬ੍ਰੇਕ ਦਾ, ਇਹ ਮਹਿਫਲ ਇਸੇ ਤਰ੍ਹਾਂ ਸਜੀ ਰਹੇਗੀ ਤਰਸੇਮ ਜੀ ਦੇ ਨਾਲ। ਸੋ ਮਿਲਦੇ ਹਾਂ ਬ੍ਰੇਕ ਦੇ ਉਸ ਪਾਰ। ਅਸੀਂ ਤੁਰਦਰ ਗਾਹੋਂ ਆ ਫਕੀਰ ਮੀਆਂ, ਸਾਡਾ ਜੱਗ ਵਾਲੇ ਮੇਲੇ ਚ ਨਾ ਸੀਰ ਮੀਆਂ, ਸਾਡੀ ਤੁਰ ਗਏ ਜਦੋਂ ਦੀ ਖੇੜੇ ਹੀਰ ਮੀਆਂ, ਦਿਲੋਦੋਂ ਦਾ ਹੋਇਆ ਇਹ ਦਿਲਗੀਰ ਮੀਆਂ। ਸੋ ਦੋਸਤੋ ਪ੍ਰੋਗਰਾਮ ਚੱਲ ਰਿਹਾ ਮਹਿਫਲ ਇੱਕ ਵਾਰ ਫਿਰ ਤੋਂ ਮੁੜਿਆ ਬ੍ਰੇਕ ਦੇ ਉਸ ਪਰਾ ਪ੍ਰੋਗਰਾਮ ਮਹਿਫਲ ਦੇ ਵਿੱਚ। ਅੱਜ ਦੀ ਮਹਿਫਲ ਦੇ ਵਿੱਚ ਸਾਡੇ ਨਾਲ ਬੜੀ ਪਿਆਰੀ ਸ਼ਖਸੀਅਤ ਹੈ ਤਰਸੇਮ ਜੱਸੜ ਜੀ, ਜੋ ਕਿ ਗੀਤਕਾਰ ਨੇ ਤੇ ਗਾਉਂਦੇ ਵੀ ਨੇ, ਜਿਹਨਾਂ ਦਾ ਅੱਤਵਾਦੀ ਗੀਤ ਪਿਛਲੇ 4 ਜੁਲਾਈ ਨੂੰ ਰਿਲੀਜ਼ ਹੋਇਆ ਤੇ ਉਹਨਾਂ ਦੇ ਕਾਫੀ ਜ਼ਿਆਦਾ ਜਿਹੜੇ ਗਾਣੇ ਆ, ਲਗਭਗ 6-7 ਗੀਤ ਉਹਨਾਂ ਦੇ ਕੁਲਬੀਰ ਝਿੰਜਰ ਨੇ ਗਾਏ ਨੇ, ਜਿਹਨਾਂ ਨੂੰ ਤੁਸੀਂ ਸਾਰੇ ਜਾਣਦੇ ਹੋ, ਜਿਹਨਾਂ ਦੇ ਵਿੱਚ ਕਾਲਜ ਦੀ ਯਾਦ, ਪਟਿਆਲਾ ਸ਼ਾਹੀ ਪੱਗ, ਵਿਹਲੀ ਜਨਤਾ, ਛੇਤੀ ਮੁੜ ਜਾਣਾ, ਯਾਰਾ ਯਾਦ ਪੰਜਾਬ ਦੀ ਆਉਂਦੀਆਂ। ਸੋ ਸਾਡੇ ਨਾਲ ਮਾਨ ਸਿੰਘ ਚਾਹਲ ਜੀ ਜੁੜੇ ਨੇ, ਲਿਖਦੇ ਨੇ ਸਤਿ ਸ੍ਰੀ ਅਕਾਲ ਵੀਰ ਤਰਸੇਮ ਸਿੰਘ, ਬਹੁਤ ਸੋਹਣਾ ਕੰਮ ਕਰ ਰਹੀ ਹੈ ਤੁਹਾਡੀ ਟੀਮ, ਬਸ ਅਰਦਾਸ ਕਰਦਾ ਕਿ ਇਸੇ ਤਰ੍ਹਾਂ ਤੁਸੀਂ ਸਾਰੇ ਵਧੀਆ ਕੰਮ ਕਰਦੇ ਰਹੋ। ਸੋ ਮਾਨ ਸਿੰਘ ਚਾਹਲ ਜੀ ਮੇਰੇ ਵੱਲੋਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਬਾਈ ਜੀ, ਬੋਲੇ ਬਹੁਤ ਧੰਨਵਾਦ। ਸੋ ਤੁਸੀਂ ਲਿਖਣ ਵਾਲੇ ਪਾਸੇ ਆਏ, ਲਿਟਰੇਚਰ ਨਾਲ ਵੀ ਤੁਹਾਡਾ ਫਿਰ ਰਿਸ਼ਤਾ ਚੰਗਾ ਰਿਹਾ ਹੋਵੇਗਾ, ਹੁਣ ਵੀ ਹੋਣਾ। ਹਾਂਜੀ, ਕਿੰਨਾ ਕਿੰਨਾ ਲੇਖਕਾਂ ਨੂੰ ਜ਼ਿਆਦਾ ਪੜ੍ਹਿਆ ਜਾਂ ਹੁਣ ਵੀ ਪੜ੍ਹਦੇ ਹੋ? ਮੈਂ ਜੀ ਪੜ੍ਹੀ ਜਾਂਦਾ ਹੁਣ ਵੀ, ਹੁਣ ਜਾਣੀ ਜਿਹੜੀ ਮੇਰੀ ਹੁਣ ਚੱਲ ਰਹੀ ਆ ਉਹ ਮੈਂ ਤੁਹਾਨੂੰ ਦੱਸ ਦਿੰਦਾ, ਉਹ ਆਪਣੇ ਪਾਸ਼ ਜੀ ਉਹਨਾਂ ਨੂੰ ਪੜ੍ਹ ਰਹੇ ਹਾਂ ਜੀ ਹੁਣ, ਸੁਰਜੀਤ ਪਾਤਰ ਜੀ ਦੀ ਜੀ, ਉਹ ਵੀ ਜਾਣੀ ਉਹ ਤਾਂ ਹੁਣ ਫਿਨਿਸ਼ ਕਰ ਲਈ ਹੈ ਇੱਕ ਜੀ, ਹੁਣ ਜਾਣੀ ਪਾਸ਼ ਜੀ ਦੀ ਚੱਲ ਰਹੀ ਆ ਕਿਤਾਬ, ਉਹਨਾਂ ਦਾ ਇੱਕ ਜਿਹੜਾ ਬੇਦਾਵਾ ਮੈਨੂੰ ਬਹੁਤ ਜ਼ਿਆਦਾ ਪਸੰਦ ਆ, ਬੇਦਾਵਾ ਜੀ। ਸੋ ਜਦੋਂ ਲਿਖਣ ਬੈਠਦੇ ਮਿੱਥ ਕੇ ਬੈਠਦੇ ਵੀ ਹਾਂ, ਕਦੇ ਵੀ ਨੀ, ਕਦੇ ਵੀ ਨੀ ਮੇਰੇ ਕੋਲ